ਜੀ ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਨਾਮ ਹਫ਼ਤਾ ਲਿਓ, ਮੈਂ ਤੁਹਾਡਾ ਆਪਣਾ ਵੀਰ ਸ਼ੌਕਤ ਯਾਦ। ਤੁਸੀਂ ਵੇਖ ਰਹੇ ਹੋ ਯੂਟਿਊਬ ਚੈਨਲ ਅਮੀਨਪੁਰ ਬੰਗਲਾ ਕੀ ਦੁਨੀਆ, ਉਹਦੇ ਨਾਲ ਨਾਲ ਟਿਕਟੋਕ ਤੁਸੀਂ ਸਾਨੂੰ ਫਾਲੋ ਕਰ ਰਹੇ ਜੇ ਔਰ ਫੇਸਬੁੱਕ 'ਤੇ ਵੀ। ਹਫ਼ਤਾ ਲਿਓ, ਅੱਜ ਜਨਾਬ ਮੌਜੂਦ ਹਾਂ ਅਸੀਂ ਮੰਡੀ ਅਮੀਨਪੁਰ ਬੰਗਲਾ ਦੇ ਵਿੱਚ। ਜਿਸ ਤਰ੍ਹਾਂ ਕਿ ਤੁਹਾਨੂੰ ਮਾਲੂਮ ਹੈ ਕਿ ਹਰ ਮਹੀਨੇ ਦੀ 10 ਤਾਰੀਖ ਨੂੰ ਮੰਡੀ ਲੱਗਦੀ ਹੈ ਇੱਥੇ। ਖੂਬਸੂਰਤ ਘੋੜੇ ਘੋੜੀਆਂ ਵਛੇਰੇ ਵਛੇਰੀਆਂ ਇਹ ਇੱਥੇ ਲੈ ਜਾਂਦੇ ਨੇ, ਡਾਂਸਰ ਘੋੜੇ, ਨੇਜ਼ਾਬਾਜ਼ ਘੋੜੇ ਨੇ। ਅਤੇ ਤੁਹਾਨੂੰ ਜਨਾਬ ਮਾਲੂਮਾਤ ਲੈ ਕੇ ਦੇਵਾਂਗੇ, ਤਫਸੀਲ ਲੈ ਕੇ ਦੇਵਾਂਗੇ ਅੱਜ ਫਿਰ। ਜਿੰਨੇ ਵੀ ਦੋਸਤ ਨਵੇਂ ਆਉਣ ਵਾਲੇ ਨੇ ਜਨਾਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਚੈਨਲ ਨੂੰ ਜ਼ਰਾ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੇ, ਜਿਹੜੇ ਵੀ ਦੋਸਤ ਅਹਬਾਬ ਆਏ ਨੇ। ਇੱਕ ਵਾਰੀ ਫਿਰ ਜਨਾਬ ਦੇਸ਼ ਪ੍ਰਦੇਸ਼ ਵਸਣ ਵਾਲੇ ਸਾਰਿਆਂ ਨੂੰ ਜਨਾਬ ਸਾਡਾ ਇਸਲਾਮ ਹੋਵੇ, ਅਤੇ ਤੁਹਾਨੂੰ ਅਪਡੇਟ ਲੈ ਕੇ ਦੇਵਾਂਗੇ, ਤਫਸੀਲ ਲੈ ਕੇ ਦੇਵਾਂਗੇ ਕੀ ਸੂਰਤ ਹਾਲ ਮੰਡੀ ਦੀ ਰਹੀ ਹੈ। ਗਰਮੀ ਬੜੀ ਜੀ ਦੋਸਤੋ, ਆ ਵੀ ਆਏ ਹੋਏ ਨੇ ਜਨਾਬ, ਕਿੱਥੋਂ ਆਏ ਜੀ? ਕੀ ਲੈਣ ਆਏ ਜੀ? ਮੰਡੀ ਵੇਖਣ ਆਏ ਜੀ, ਮਾਸ਼ਾਅੱਲਾ ਵੇਖੋ। ਅਤੇ ਦੋਸਤੋ ਜਨਾਬ ਜੀ, ਅਸੀਂ ਤੁਹਾਨੂੰ ਅਪਡੇਟ ਲੈ ਕੇ ਦੇਵਾਂਗੇ ਖੂਬਸੂਰਤ ਘੋੜਿਆਂ ਦੀ ਤਫਸੀਲ ਜਿਹੜੀ ਵੀ ਹੈ ਵੇ। ਅਤੇ ਇਹ ਵੀ ਜਨਾਬ ਘੋੜਾ ਵਿਖਾਇਆ ਜਾ ਰਿਹਾ ਵੇ, ਜਨਾਬ ਇਸਦੀ ਜਨਾਬ ਤਫਸੀਲ ਲੈਂਦੇ ਹਾਂ। ਅਗਲਾ ਦੱਸਿਓ ਜਨਾਬ, ਚੰਬਾ ਕੁਮੈਦ ਪੰਜ ਕਲਿਆਂ, ਬਹੁਤ ਆਲਾ ਚੀਜ਼, ਅੱਛੀ ਕੁਆਲਿਟੀ, ਇਹ ਵੀ ਡਾਂਸ ਤੇ ਲੱਗਾ ਹੋਇਆ ਜੀ? ਆ ਮਾਸ਼ਾਅੱਲਾ ਜੀ। ਉਮਰ ਕਿੰਨੀ ਕੇ ਦੀ? ਉਮਰ 4 ਦੋ ਇਹ ਨਵੇਂ 5 ਖੋਰੇ ਲੱਗਾ ਹਲਾ, ਆ ਹੁਣ 5 ਦੀ ਕੱਢਦਾ ਪਏ। ਆ ਦੇਖੋ ਜਨਾਬ ਜੀ, ਤੇ ਨਵੇਂ ਹੁਣ ਕੱਢਦਾ। ਕੱਢ ਕਿੰਨਾ ਦੱਸਿਆ ਜੀ? ਕਾਦੇ ਦਾ ਹੀ ਜਨਾਬ, ਤੇ ਇਹਦੇ ਪੈਸੇ ਕਿੰਨੇ ਨੇ? ਇਹ ਦਾ ਸਿਰਫ 8 ਲੱਖ ਰੁਪਏ, ਇਹ ਦਾ 8 ਲੱਖ। ਕਮੀ ਪੇਸ਼ੀ? ਕਮੀ ਪੇਸ਼ੀ ਉਹ ਵਿੱਚ ਜਿਹੜੇ ਕਿੰਨੇ ਕੇ ਕਿਰਾਇਆ ਦੱਪੇ ਦੀ? ਉਹ ਵੀ ਆਪਣਾ ਕਿੰਨਾ ਹੀ ਪਿਆਰ ਉਮਰ ਕਰਿਆ ਕਰੋ ਨਾ ਯਾਰ, 12 ਦਾ ਫਾਈਨਲ ਨੰਬਰ ਆ ਗਿਆ ਤੁਹਾਡਾ, ਮੈਂ ਹੁਣ ਉਹ ਵਛੇਰਾ ਵਿਖਾ ਲਵਾਂ। ਉਹਦੀ ਉਮਰ ਕਿੰਨੀ ਦੱਸੀ ਸੀ? 1 ਸਾਲ। ਤੇ ਪੈਸੇ ਉਹਦੇ? 3.5 ਲਓ ਜੀ, ਮੈਂ ਬਤਾ ਲਿਓ, ਇਹ ਜਨਾਬ ਦੋ ਘੋੜੇ ਇਹ ਸੀ, ਅਮੀਨਪੁਰ ਬੰਗਲਾ ਕੀ ਦੁਨੀਆ, ਅਮੀਨਪੁਰ ਬੰਗਲਾ ਕੀ ਦੁਨੀਆ ਯੂਟਿਊਬ 'ਤੇ। ਇਹ ਵੀ ਦੇਖੋ ਜਨਾਬ, ਇਹ ਵੀ ਦੇਖੋ, ਇਹ ਦੇਖੋ।
ਇਹ ਆ ਗਿਆ ਜੀ, ਇਹ ਬਸ਼ੇਰਾ, ਇਹ ਵੀ ਪੰਜ ਕਲਿਆਣ ਜੇ ਨੰਬਰ ਮਾਲਕਾਂ ਦਾ ਡਾਇਰੈਕਟ ਆ ਗਿਆ ਜੇ, ਅਗਰ ਕਿਸੇ ਵੀਰ ਨੂੰ ਸਮਝ ਲੱਗੇ ਤਾਂ ਉਹਨਾਂ ਨਾਲ ਰਾਬਤਾ ਕਰਿਆ ਜੇ। ਆ ਜਾਓ ਜਨਾਬ ਤੁਹਾਨੂੰ ਅਸੀਂ, ਸਲਾਮ ਵਾਲੇਕੁਮ ਭਾਈ ਜਾਨ, ਕਿੱਥੋਂ ਆਏ ਜੀ? 198 ਡੋਲ ਵਾਲੇ ਜੀ, ਕੀ ਲੈਣ ਆਏ ਹੋ? ਅੱਛਾ ਜੀ, ਬਛੇਰੀ ਲੈਣੀ ਹੈ। ਬਛੇਰੀ ਮਿਲੀ ਕਿ ਨਹੀਂ ਹਲਦੇ? ਕਾਹ ਨਹੀਂ ਜੀ ਹਲਦੇ। ਕੀ ਸੂਰਤ ਹਾਲ ਜਾ ਰਹੀ ਮੰਡੀ ਦੀ? ਮੰਡੀ ਜੀ ਸਹੀ ਹੈ, ਮਾਲ ਮੁੱਲ ਵਿਕਦੇ ਪਏ। ਠੀਕ ਹੋ ਗਿਆ, ਚਲੋ ਮਿਹਰਬਾਨੀ ਜਨਾਬ, ਸ਼ੁਕਰੀਆ। ਉਹ ਜੀ ਆ ਜਾਓ, ਤੁਹਾਨੂੰ ਘੋੜੇ 'ਤੇ ਲੈ ਚੱਲਦੇ ਹਾਂ। ਜਿਹੜਾ ਘੋੜਾ ਨੁਕਰਾ ਇੱਥੋਂ ਖੋਲਿਆ ਗਿਆ ਥਾਨ ਤੋਂ, ਤੁਹਾਨੂੰ ਉਹ ਵਿਖਾਉਂਦੇ ਹਾਂ ਅਸੀਂ। ਆ ਜਾਓ ਜਨਾਬ, ਸਾਡੇ ਰਹਿਣਾ ਨਾਲ ਨਾਲ। ਸਲਾਮ ਵਾਲੇਕੁਮ ਜੀ, ਕੀ ਹਾਲ ਹੈ ਜੀ? ਖੈਰ ਹੈ, ਸਿਹਤ ਠੀਕ ਹੈ, ਅੱਲਾ ਸਲਾਮਤ ਰੱਖੇ ਜਨਾਬ। ਇਹ ਘੋੜਾ ਆ ਰਿਹਾ ਜੀ, ਜਿਹੜਾ ਕਿ ਡਾਂਸਰ ਹੈ ਜਨਾਬ। ਮੰਡੀ ਦਾ ਐਂਟਰੀ ਪੁਆਇੰਟ ਵੇਖ ਸਕਦੇ ਹੋ ਤੁਸੀਂ, ਚਲੋ ਦੂਸਰੇ ਐਂਗਲ ਤੋਂ ਵੇਖ ਲਓ। ਉਹ ਜੀ ਦੋਸਤੋ, ਆ ਜਾਓ ਜਨਾਬ ਜੀ, ਅਸੀਂ ਤੁਹਾਨੂੰ ਵਿਖਾਤਾ ਮੈਂ ਹੈ ਉਰਲਾ। ਕਿੰਨੀ ਉਮਰ ਹੈ ਜੀ? ਉਮਰ ਕਿੰਨੀ ਹੈ ਜੀ? ਅੱਛਾ ਜੀ, ਕੱਦ ਕਿੰਨਾ? 1 ਇੰਚ ਟੇਪ ਨਾ ਲੂਣਾ, 8 ਇੰਚ ਕੱਦ ਹੈ। ਠੀਕ ਹੋ ਗਿਆ, ਸਾਈ ਗਾਟ ਨਹੀਂ ਹੂੰ। ਠੀਕ ਹੈ, ਉਡਾ ਨੱਕ ਵੇਖ, ਗਰਦਨ ਵੇਖ, ਬਰੀਕ ਨਫੀਸ ਵੇਖ, ਇਹੋ ਜਿਹੇ ਤੋਹਫੇ ਦੇ ਨਸੀਬਾਂ ਨਾਲ ਆਉਂਦੇ ਨੇ ਨਾ ਮੰਡੀਆਂ 'ਚ। ਅਤੇ ਪੈਸੇ? ਪੈਸੇ ਥੋੜ੍ਹੇ ਜਿਹੇ ਹਿਸਾਬ ਦੇ, ਫਿਰ ਤਰੀਫ ਜ਼ਿਆਦਾ ਕਰਕੇ ਪੈਸੇ ਢੇਰ ਨਾ ਮੰਗੇ ਜਾਏ ਜੀ। ਮੁੱਝੀ ਹੋ ਜੀ ਚੀਜ਼ ਹੋਵੇ, ਪੈਸੇ ਦੋ ਜੀ ਮੰਗਣੇ ਚਾਹੀਦੇ। ਕਿੰਨੇ ਪੈਸੇ ਨੇ? 7 ਲੱਖ ਰੁਪਇਆ। ਨਹੀਂ ਯਾਰ, ਜ਼ਿਆਦਾ ਜ਼ਿਆਦਾ। ਅੱਛਾ, ਤਾਂ ਥੋੜ੍ਹਾ ਗਾਣਾ ਮੁਹੱਬਤ ਪਿਆਰ ਕਰ ਲਈ ਸਰ। ਦੋਸਤੋ, ਵੀਡੀਓ ਦੇ ਸ਼ੁਰੂ 'ਤੇ ਨਾ ਨੰਬਰ ਆ ਗਿਆ, 5 ਲੱਖ ਤਾਂ ਮੈਨੂੰ 4 ਪਾਰਟੀਆਂ ਸੜਿਆਂ ਦੀਆਂ ਖਲੀਆਂ, ਮੈਂ ਨਹੀਂ ਦਿੱਤਾ। ਵੈਸੇ ਰੇਟ ਢੇਰ ਲੱਗ ਗਿਆ ਵੇ, ਯਕੀਨ ਅੱਲਾ ਤੇ ਕਾਰ ਦਾ ਘੋੜਾ ਹੀ ਬਹੁਤ ਚੰਗਾ ਜੀ। ਪਚੀਰ ਖੋਖਰ ਵਾਲੇ ਘੋੜੇ ਦਾ ਜੈਨੂਅਨ ਪੁੱਤਰ ਹੈ, ਸਹੀ ਬਲੱਡ ਡੱਕ ਦਿਖਾਉਣ ਜਨਾਬ, ਚੈੱਕ ਕਰਾ ਦੋ ਇਹਦੇ ਵਿੱਚ DNA ਦੇ ਵਿੱਚ, DNA ਦੇ ਲਿਓ ਜੀ, ਹਕੀਕਤ ਗੱਲ ਹੈ ਜੀ। ਠੀਕ ਹੈ ਜੀ, ਲੇਕਿਨ ਹੁਣ ਉਹ ਮਰ ਗਿਆ, ਉਹਦੀ ਨਿਸ਼ਾਨੀ ਹੈ ਆਖਰੀ, ਨਿਸ਼ਾਨੀ ਹੈ ਆਖਰੀ। ਦੋਸਤੋ, ਨੰਬਰ ਆ ਗਿਆ ਜੇ ਵੀਡੀਓ ਦੇ ਵਿੱਚ, ਜਿੰਨੀ ਵੇਖ ਦੰਦੀਆਂ ਪੜ ਕੇ ਵੀ ਖਾ ਪੜਿਆ ਜਾਂਦਾ, ਦੰਦੀਆਂ ਪੂਰੀਆਂ ਪੂਰੀਆਂ ਡਾਕ ਗੁੱਡਾ ਵੇਖ, ਅਗੋ ਸੁਨਾਪ ਵੇਖ, ਅਜੇ ਦੇ ਬੱਤਾ ਕਲਾਟੇ ਬਾਹਰ ਨਿਕਲੇ, ਆ ਸ਼ਾਇਦ ਦੰਦ ਪੁੱਟੇ ਹੋਏ ਨੇ, ਦੰਦ ਵਿਖਾਏ ਹੋਏ ਨੇ। ਪੂਰਾ 5 ਕਲਿਆਣ ਜੇ ਭਾਈ ਜਾਨ, ਪੂਰਾ 5 ਕਲਿਆਣ ਜੇ।
ਬਾਕੀ ਜਸੀਲ ਸ਼ਰੀਫ ਨਾਲ ਵੇਖੋ ਦੋਸਤੋ, ਬਹੁਤ ਅੱਛਾ ਵਛੇਰਾ ਜੀ, ਚੈੱਕ ਕਰੋ ਜੀ। ਭਾਈਆ ਜੀ ਕੀ ਹਾਲ ਹੈ? ਇਹ ਨੁਕਰੀ ਘੋੜੀ ਦੀ ਕਿੰਨੀ ਉਮਰ ਹੈ? ਨੁਕਰੀ ਸ਼ੁਰੂ 5 ਹੈ। ਅੱਛਾ ਜੀ, ਕਦ ਕਿੰਨਾ ਹੈ? ਆਪਣਾ ਫੋਨ ਨੰਬਰ ਹੈ ਜੀ? ਫੋਨ ਨੰਬਰ ਹੈ ਪਰ ਉਹ ਮੇਰੇ ਕੋਲ ਨਹੀਂ ਗਿਆ, ਮੈਂ ਅਨਪੜ੍ਹ ਯਾਦ ਨਹੀਂ। ਅੱਛਾ ਅੱਛਾ, ਉਹ ਪਰਲੀ ਜਿਹੜੀ ਹੈ? ਹਾਂ ਪਰਲੀ 5 ਲੱਗੀ ਖਾਲੀ, 5 ਲੱਗੀ ਖਾਲੀ, ਉਹ ਵੀ ਖਾਲੀ ਹੈ? ਉਹ ਵੀ ਖਾਲੀ ਹੈ। ਅੱਛਾ ਜੀ, ਪਰ ਇਹ ਵਪਾਰ ਦੀ ਹੈ, ਹੋ ਸਕਦਾ ਬਣ ਨਹੀਂ ਕਰ ਸਕਦੀ। ਸਹੀ ਸਹੀ, ਆਏ ਕਿੱਥੋਂ? ਆਏ 183 ਚੋਂ, ਥਾਣਾ ਮੋਚੀ ਵਾਲਾ। 183 ਥਾਣਾ ਮੋਚੀ ਵਾਲਾ, ਨੰਬਰ ਨੰਬਰ ਦੱਸ ਦਿਓ ਆਪਣਾ ਕੋਈ ਹੈ? ਜ਼ੁਲਫਕਾਰ ਆਪਣੇ ਨਾਮ ਹੈ। ਜ਼ੁਲਫਕਾਰ, ਹਾਂ 175 ਵਾਲੇ ਰੋਡ ਤੇ ਪਹਿਲਾ ਡੇਰਾ ਹੀ ਮੇਰਾ। ਠੀਕ ਹੋ ਗਿਆ। ਤੇ ਚਾਚੇ ਸ਼ੇਰ ਬਹਾਦਰ ਦੇ ਨਾਲ? ਹਾਂ ਚਾਚੇ ਸ਼ੇਰ ਬਹਾਦਰ ਦੇ ਨਾਲ। ਤੁਸੀਂ ਉੱਥੇ ਉਹਦੇ ਨਾਲ ਹੀ ਡੇਰੇ? ਹਾਂ ਹਾਂ। ਠੀਕ ਹੋ, ਮੇਰਾ ਅੱਗੇ ਵਾਲਾ ਮੈਂ ਤੋਂ ਅੱਗੇ ਬਾਬੇ ਸ਼ੇਰ ਬਹਾਦਰ। ਠੀਕ, ਜ਼ੁਲਫਕਾਰ ਤੁਹਾਡਾ ਨਾਮ? ਹਾਂ। ਠੀਕ ਹੋ ਗਿਆ। ਹੁਣ ਮੁੰਡਾ ਕਿੱਥੇ ਲੱਭੇਗਾ? ਸਾਨੂੰ ਤਾਂ ਨੰਬਰ ਲਈ ਤੁਹਾਡਾ ਰਾਬਤਾ ਕਰਨਾ ਪਵੇਗਾ। ਮੁੰਡਾ ਇੰਡੀਆ ਬਾਦਸ਼ਾਹ ਤੇ ਆ ਜਾ। ਚਲੋ ਮੈਂ ਵਾਪਸ। ਤੂੰ ਬਾਬੇ ਸ਼ੇਰ ਬਹਾਦਰ ਲੰਬਾਰੀ ਉਹ ਤਾਂ ਖੁਰਮ ਬਾਈ ਦਾ ਹੈ ਮੇਰੇ ਕੋਲ। ਬਸ ਖੁਰਮ ਦਾ ਤੂੰ ਉਹ ਪਾ ਦੇ, ਖੁਰਮ ਤੇ ਮੈਂ ਬਾਈ ਉਹਦੇ ਨੰਬਰ ਪਾ ਦਵਾਂ। ਉਹ ਹੀ ਪਾ ਦੇ, ਕੋਈ ਗੱਲ ਨਹੀਂ। ਖੁਰਮ ਦੇ ਨੰਬਰ ਬੋਲਿਓ ਆਪਣਾ ਭਰਾ। ਆ ਲੰਬਾਰ ਨਾ ਸੇ ਅੰਦਰ ਵੀ ਆਪਣਾ ਦਾ ਨੰਬਰ ਬੋਲਿਓ। ਮੇਰਾ 346-8-23-175। ਦੋਸਤੋ ਨੰਬਰ ਆ ਗਿਆ, ਜੇ ਇਹ ਕੁੜੀਆਂ ਦੇ ਬਾਰੇ ਤੁਸੀਂ ਮਜ਼ੀਦ ਮਾਲੂਮਾਤ ਲੈਣੀ ਹੋਵੇ ਤੇ ਲੈ ਸਕਦੇ ਹੋ ਉਹਨਾਂ ਕੋਲੋਂ। ਠੀਕ ਹੈ ਜੀ, 3 ਘੋੜੀਆਂ ਨੇ, ਖਾਲੀ ਘੋੜੀਆਂ ਨੇ, 3 ਘੋੜੀਆਂ ਤੇ ਖਾਲੀ ਨੇ। ਇਹ ਵੇਖਿਓ ਤਰਾ, ਵੱਡੀਆਂ ਘੋੜੀਆਂ ਨੇ, ਵੱਡੇ ਕਰਦੀਆਂ ਨੇ ਤਿੰਨੇ। ਤੇ ਅਗਲੀ ਗਰੰਟੀ ਜਿਹੜੀ ਨਾ ਪੇਟ ਦੀ ਪੈ ਜਾਣ ਉਹ ਕੋਈ ਨਹੀਂ ਜੀ। ਮਾਸ਼ਾਅੱਲਾ, ਤਿੰਨੇ ਘੋੜੀਆਂ ਨੇ, ਚੰਗੇ ਵੱਡੇ ਕਰਦੀਆਂ ਨੇ, ਸੋਹਣੀਆਂ ਘੋੜੀਆਂ। ਲੇਕਿਨ ਪੈਸੇ ਵੀ ਉਹਨਾਂ ਮੰਗ ਕੇ ਕਰੇ ਡਰਾ ਛੱਡਿਆ, ਨਹੀਂ ਫਿਰ ਮੌਕੇ 'ਤੇ ਬੰਦਾ ਭੇੜ ਪਾਵੇ ਤਾਂ ਗੱਲਬਾਤ ਬਣ ਸਕਦੀ ਜੀ। ਅਤੇ ਜਨਾਬ ਰਾਬਤੇ 'ਚ ਰਿਹਾ ਜੇ, ਸਾਡੇ ਨਾਲ ਜੁੜੇ ਰਿਹਾ ਜੇ, ਦੁਆਵਾਂ 'ਚ ਸਾਨੂੰ ਯਾਦ ਰੱਖਿਓ। ਅਸੀਂ ਇਨਸ਼ਾਅੱਲਾ ਤੁਹਾਨੂੰ ਕੋਈ ਖੂਬਸੂਰਤ ਜੀਆਂ ਹੋਰ ਵੀਡੀਓ ਬਣਾ ਕੇ ਦੇਵਾਂਗੇ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਿਹਾ ਜੇ। ਸਾਡੇ ਨਾਲ ਅਗਰ ਕਿਸੇ ਦੋਸਤ ਨੇ ਰਾਬਤਾ ਕਰਨਾ ਹੋਵੇ ਤਾਂ ਸਾਡਾ ਨੰਬਰ 0345-3131-3131 ਹੈ, ਕਾਲ ਹੈ, ਵਟਸਐਪ ਹੈ, 0300-76-93-800-21 ਹੈ, ਇਹ ਸਿਰਫ ਕਾਲ ਹੈ। ਆ ਜਾਓ ਜਨਾਬ ਜੀ ਸਾਡੇ ਨਾਲ ਨਾ ਰਿਹਾ ਜੀ।